13 ਸਾਲ ਦੇ ਬੱਚੇ ਦੇ ਨਾਲ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮੋਮੋਸ ਖਾਣ ਗਿਆ ਹੋਇਆ ਸੀ ਇਹ ਬੱਚਾ, ਤਾਂ ਤੇਜ਼ ਧਾਰ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਦੇ ਨਾਲ ਲੁੱਟਖੋ ਕੀਤੀ ਗਈ ਹੈ। ਤਾਂ ਇਸ ਦੇ ਮੁੰਡੇ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਅਤੇ ਉਸਦਾ ਫੋਨ ਖੋ ਕੇ ਲੁਟੇਰੇ ਫਰਾਰ ਹੋ ਗਏ। ਪਰ ਜਿਵੇਂ ਹੀ ਇਸ ਮੁੰਡੇ ਨੇ ਆਪਣੇ ਪਿਤਾ ਨੂੰ ਫੋਨ ਦੇ ਉੱਤੇ ਸੂਚਨਾ ਦਿੱਤੀ, ਉਸਦੇ ਪਿਤਾ ਨੇ ਤੁਰੰਤ ਜਦੋਂ ਲੋਕੇਸ਼ਨ ਟਰੇਸ ਕੀਤੀ ਤਾਂ ਕਿਹਾ ਜਾ ਰਿਹਾ ਕਿ ਫੋਨ ਅਤੇ ਚੈਨ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਗਿਰਿਆ ਮਿਲਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਹੈ। ਹਾਲਾਂਕਿ ਮਾਪਿਆਂ ਦਾ ਕਹਿਣਾ ਹੈ ਕਿ ਜੋ ਚੈਨ ਸੀ ਉਸਦੇ ਵਿੱਚ ਇੱਕ ਲੋਕਟ ਵੀ ਸੀ ਜੋ ਕਿ ਬਦਮਾਸ਼ ਆਪਣੇ ਨਾਲ ਲੈ ਗਏ ਨੇ। ਤਾਂ ਦੱਸ ਦਈਏ ਕਿ ਮੋਮੋਸ ਖਾਣ ਗਏ ਇੱਕ 13 ਸਾਲ ਦੇ ਬੱਚੇ ਨਾਲ ਲੁੱਟਖੋ ਹੋਈ ਹੈ। ਹਾਲਾਂਕਿ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਉਸ ਬੱਚੇ ਨੂੰ ਤੇਜ਼ ਧਾਰ ਹਥਿਆਰਾਂ ਦੀ ਨੋਕ ਦੇ ਉੱਤੇ ਸਾਈਡ ਦੇ ਵਿੱਚ ਲਿਜਾਇਆ ਗਿਆ ਅਤੇ ਫਿਰ ਉਸਦੀ ਚੈਨ ਅਤੇ ਫੋਨ ਖੋ ਕੇ ਉੱਥੋਂ ਫਰਾਰ ਹੋ ਗਏ। ਹਾਲਾਂਕਿ ਜਿਵੇਂ ਹੀ ਲੁਟੇਰਿਆਂ ਨੂੰ ਪਤਾ ਲੱਗਿਆ ਕਿ ਫੋਨ ਦੀ ਲੋਕੇਸ਼ਨ ਔਨ ਹੈ, ਉਹ ਟਰੇਸ ਹੋ ਸਕਦੇ ਨੇ, ਤਾਂ ਉਹਨਾਂ ਨੇ ਕਿਹਾ ਜਾ ਰਿਹਾ ਕਿ ਇੱਕ ਥਾਂ ਦੇ ਉੱਤੇ ਚੈਨ ਅਤੇ ਫੋਨ ਸੁੱਟ ਕੇ ਫਰਾਰ ਹੋ ਗਏ। ਹਾਲਾਂਕਿ ਇਹ ਚੈਨ ਅਤੇ ਫੋਨ ਉਸਦੇ ਮਾਪਿਆਂ ਦੇ ਹੱਥ ਲੱਗਿਆ ਬੱਚੇ ਦੇ, ਅਤੇ ਕਿਹਾ ਜਾ ਰਿਹਾ ਕਿ ਜੋ ਲੁਟੇਰਿਆਂ ਨੇ ਚੈਨ ਦੇ ਵਿੱਚੋਂ ਲੋਕਿਟ ਹੈ ਉਹ ਆਪਣੇ ਨਾਲ ਹੀ ਲੈ ਗਏ ਨੇ, ਉਹ ਵੀ ਸੋਨੇ ਦਾ ਦੱਸਿਆ ਜਾ ਰਿਹਾ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਬੱਚੇ ਦੀ ਵੀ ਜਾਨ ਜੋ ਹੈ ਉਹ ਵਾਲ ਵਾਲ ਬਚੀ ਹੈ, ਕਿਉਂਕਿ ਉਹਨਾਂ ਨੇ ਲੁੱਟ ਖੋਹ ਕੀਤੀ ਹੈ। 13 ਸਾਲ ਦਾ ਬੱਚਾ ਟਿਊਸ਼ਨ ਤੋਂ ਵਾਪਿਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੇ ਮੋਮੋਸ ਖਾਣ ਦੇ ਲਈ ਆਪਣੀ ਸਕੂਟੀ ਰੋਕੀ। ਉਸ ਥਾਂ ਦੇ ਉੱਤੇ ਹੀ ਕਿਹਾ ਜਾ ਰਿਹਾ ਕਿ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਮਾਪਿਆਂ ਨੇ ਹੁਣ ਪੁਲਿਸ ਨੂੰ ਵੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ। ਮੋਮੋ ਦੀ ਰੇੜੀ ਤੇ ਖੜਾ ਤੇ ਆ, ਕਹਿੰਦਾ ਕੋਈ ਪਿੱਛੋਂ ਦੀ ਆਇਆ, ਉਹਨੂੰ ਖਿੱਚ ਕੇ ਲੈ ਗਿਆ, ਗਲੀ ਚ ਨੀਚੇ ਬਿਠਾ ਲਿਆ, ਉਹਦੇ ਗਰਦਨ ਤੇ ਛੁਰਾ ਰੱਖਿਆ, ਚੈਨ ਲਵਾ ਲਈ, ਉਹਦੇ ਕੋਲੋਂ ਫੋਨ ਖੋ ਲਿਆ। ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੋਈ ਵਿੱਚ ਕਿਸੇ ਦੀ ਪਲੈਨਿੰਗ ਸੀਗੀ, ਕੰਮ ਤਾਂ ਪਲੈਨਿੰਗ ਨਾਲ ਹੀ ਹੋਇਆ। ਜਦੋਂ ਆਪਾਂ ਉਹਦੇ ਤੇ ਉਹ ਲਗਾਈ ਆ, ਟਰੇਸਿੰਗ ਲਗਾਇਆ ਤਾਂ ਫੋਨ ਦੁਬਾਰਾ ਆ ਗਿਆ, ਉਹਦੀ ਸ਼ੋਪ ਤੇ ਭੇਜਤਾ ਸਾਡੇ ਕੋਲ, ਫਟਾ ਡਰ ਗਏ ਕਿ ਫੋਨ ਲੱਭ ਗਿਆ, ਫੋਨ ਲੱਭ ਗਿਆ, ਚੈਨ ਲੱਭ ਗਈ ਯਾਰ, ਕਹਿੰਦੇ ਤੇ ਉਹਦਾ ਪੈਂਡਲ ਜਿਹੜਾ ਸੀਗਾ ਲੋਕਟ ਉਹ ਨਹੀਂ ਲੱਭਾ, ਉਹ ਲੈ ਗਏ ਆ ਸ਼ਾਇਦ ਸਾਰਾ। ਬਾਕੀ ਆਪਾਂ ਪੁਲਿਸ ਨੂੰ ਸ਼ਿਕਾਇਤ ਦੇਤੀ ਆ ਕੰਪਲੇਂਟ, ਬਾਕੀ ਜੋ ਕਾਰਵਾਈ ਹੋਗੀ ਪੁਲਿਸ ਕਰਦੀ। ਬੰਦੇ ਕੌਣ ਸੀਗੇ ਸਰ? ਬੰਦੇ ਹਜੇ ਪਤਾ ਨਹੀਂ ਜੀ ਲੱਗਾ, ਬੇਟਾ ਘਬਰਾਇਆ ਕਹਿੰਦਾ, ਉਹਨੇ ਬੰਨਿਆ ਹੋਇਆ ਸੀ ਸਾਰਾ ਆਪਣਾ ਫੇਸ। ਕਿੰਨੇ ਬੰਦੇ ਦੀ ਵਾਰਦਾਤ ਹੋਈ ਜੀ? ਆ ਨਾਲ ਹੀ ਆ ਗਲੀ ਦੇ ਵਿੱਚ ਹੋਈ ਆ ਜੀ, ਗਲੀ ਵਿੱਚ ਟੋਟਲ ਜਿਹੜਾ। ਕਿੰਨੇ ਕੁ ਬੰਦੇ ਸੀ ਬਾਈ? ਇਕੱਲਾ ਸੀਗਾ ਜੀ ਇੱਕ, ਕਹਿੰਦਾ ਮੈਨੂੰ ਲੈ ਗਿਆ ਕੋਈ ਇੱਕ ਬੰਦਾ, ਕਹਿੰਦਾ ਪਿੱਛੇ ਖੜਾ ਜੀ, ਉਹਨੇ ਆਵਾਜ਼ ਉਹਨੂੰ ਮਾਰੀ ਫਟਾਫਟ ਆ ਜਾ। ਬੇਟਾ ਉਹਦਾ 13 ਸਾਲ ਦਾ ਹਜੇ ਹੈਗਾ, ਘਬਰਾਇਆ ਪਿਆ ਬੱਚਾ, ਛੋਟਾ ਸੀ। ਹਾਂਜੀ ਹਾਂਜੀ। ਤੇ ਰਹਿੰਦੇ ਸੀ ਇੱਥੇ ਹੋ ਜੀ? ਮੈਂ ਅਮਨ ਨਗਰ ਰਹਿੰਦਾ ਜੀ, ਅਮਨ ਨਗਰ। ਅਮਨ ਦੇ ਸਮਾਨ ਸੂ ਲੈਣ ਆਇਆ ਸੀ? ਮੋਮੋਸ ਖਾ ਰਿਹਾ ਸੀ, ਟਿਊਸ਼ਨ ਪੜ੍ਹਨ ਜਾਂਦਾ ਇੱਥੇ। ਓਕੇ ਓਕੇ ਓਕੇ। ਹਾਂਜੀ। ਕਿੰਨੇ ਵਜੇ ਦਾ ਵਾਕਿਆ ਹੈਗਾ? ਪਤਾ ਨੀ ਕੀ ਚੱਕਰ ਹੋਇਆ ਜੀ, ਆਪਾਂ ਤਾਂ ਯਾਰ ਦੋਸਤ ਬੈਠੇ, ਮੇਰੇ ਯਾਰ ਦੋਸਤ ਸਾਰੇ ਸੱਜਣ ਬੈਠੇ, ਅਸੀਂ ਸਾਰੇ ਉੱਥੋਂ ਆਏ ਹਾਂ, ਜਦੋਂ ਪਤਾ ਲੱਗਾ ਤੇ ਹੁਣ ਦੇਖਦੇ ਹਾਂ, ਪਤਾ ਕਰਦੇ ਪਏ ਹਾਂ। ਤੁਹਾਡਾ ਸ਼ੁਭ ਨਾਮ ਸਰ? ਮੇਰਾ ਬੱਬੂ ਵਰਮਾ ਜੀ। ਪੁਰਾਣੀ ਕੋਈ ਰੰਜਿਸ਼ ਵਗੈਰਾ? ਕੋਈ ਰੰਜਿਸ਼ ਨਹੀਂ, ਬੱਚੇ ਦੀ ਕੀ ਰੰਜਿਸ਼ ਹੋਣੀ? ਨਹੀਂ ਤੁਹਾਡੀ ਹੋਵੇ, ਮੇਰੀ ਕਿਸੇ ਨਾਲ ਹੈ ਹੀ ਨਹੀਂ ਸ਼ਹਿਰ 'ਚ ਕੋਈ ਰੰਜਿਸ਼। ਤਾਂ ਸਰ ਕੀ ਲੱਗਦਾ ਲੁੱਟਵਾ ਦੇ ਇਰਾਦੇ ਨਾਲ ਕੀਤਾ ਹੋਵੇ ਜਾਂ ਵੈਸੇ ਕਿਸੇ ਦਾ ਦੁਸ਼ਮਣੀ? ਪਤਾ ਨਹੀਂ ਹੁਣ ਖੋਹਬਾਜੀ ਨਾ ਹੋਇਆ ਜਾਂ ਕਿਸੇ ਨੇ ਅੱਖ ਰੱਖੀ ਸੀ ਬੱਚਾ ਦੇਖ ਕੇ ਜਾਂ ਜੋ ਵੀ ਹੋਇਆ। ਬੱਚਾ ਤੁਹਾਡਾ ਸੇਫ ਹੈਗਾ ਵਾ? ਸੇਫ ਆ ਜੀ, ਘਬਰਾਇਆ ਹੋਇਆ ਥੋੜਾ ਜੀ। ਬੱਚੇ ਦੇ ਸੱਟ ਜੋੜ ਦੇ? ਸੱਟ ਜੋੜ ਦੇ ਮੁੱਕੇ ਮਾਰੇ, ਕਹਿੰਦਾ ਗਰਦਨ ਦੇ ਪਿੱਛੇ ਥੋੜਾ ਉਦਾਂ ਕੋਈ ਗੁੱਝੀ ਸੱਟ ਮਾਰੀ ਮੋਟੀ।